ਹਰਜਿੰਦਰ ਸਿੰਘ ਜੀ, ਹਰਜਿੰਦਰ ਕੀ ਮਸਲਾ ਅੱਜ ਧਰਨਾ ਲਾਇਆ, ਕਾਹਦੇ ਵਾਸਤੇ ਧਰਨਾ ਲਾਇਆ? ਕੀ ਬਈ ਪਿੰਡ ਜੀਵਨ ਸਿੰਘ ਵਾਲੇ ਮਤਲਬ ਚੋਰੀਆਂ ਹੋ ਰਹੀਆਂ ਲਗਾਤਾਰ ਹੀ। ਪਹਿਲਾਂ 17 ਤੋਲੇ ਸੋਨੇ ਚੱਕਿਆ ਗਿਆ, ਇੱਕ ਘਰੋਂ 3 ਤੋਲੇ ਸੋਨਾ ਚੱਕਿਆ ਗਿਆ। ਢਾਣੀਆਂ 'ਚ ਘਰ, ਸਾਰੇ ਢਾਣੀਆਂ ਵਾਲੇ ਘਰਾਂ ਨੇ ਮਤਲਬ ਘਰ ਪਕਾਊ ਕਰ ਰੱਖਿਆ ਵੀ ਇੰਨਾ ਡਰ ਮੰਨੀ ਬੈਠਿਆ। ਹੁਣ ਕੱਲ੍ਹ ਇੱਕ ਕੁੜੀ ਮਤਲਬ 6 ਵਜੇ ਉੱਤਰ ਕੇ ਆਪਦੇ ਘਰ ਜਾ ਰਹੀ ਸੜਕ 'ਤੇ, ਪਿੰਡ ਦੇ ਕੁਝ ਬੰਦਿਆਂ ਨੇ ਉਦੋਂ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕੁੜੀ ਇੰਨੀ ਦਹਿੜ ਗਈ ਮਤਲਬ ਫੋਨ ਥੱਲੇ ਡਿੱਗ ਪਿਆ, ਕੰਬਣ ਲੱਗ ਗਈ ਕੁੜੀ। ਜਦੋਂ ਅਸੀਂ ਕੈਮਰੇ ਚੈੱਕ ਕਰਕੇ ਬੰਦਿਆਂ ਦੀ ਪੜਤਾਲ ਕੀਤੀ, ਅਸੀਂ ਫੜ ਕੇ ਮਤਲਬ ਪੁਲਿਸ ਨੂੰ ਦੇ ਤੇ, ਅਤੇ ਫਿਰ ਵੀ ਹਾਲੇ ਸਾਡੀ ਕੋਈ ਸੈਟਿਸਫਾਈ ਹਾਲੇ ਕੁਝ ਨਹੀਂ ਹੋਏ ਜੀ। ਹਾਲੇ ਮਤਲਬ ਸਾਰੇ ਲੋਕ ਡਰੇ ਬੈਠੇ ਤੰਗ, ਹੁਣ ਆ ਕੇ ਅੱਕ ਕੇ ਲੋਕ ਸਾਰੇ ਇਕੱਠੇ ਹੋ ਕੇ ਵੀ ਮੰਨ ਲਓ ਇੱਥੇ ਆ ਗਏ ਵੀ ਭਾਈ ਸਾਡਾ ਧਰਨਾ ਲਾ ਤਾ ਵੀ ਸਾਡਾ ਕੋਈ ਹੱਲ ਕਰੋ ਜੀ। ਇਹੀ ਬੇਨਤੀ ਕਰਦੇ ਅਸੀਂ ਸਰਕਾਰ ਨੂੰ ਵੀ ਕਿ ਸਾਨੂੰ ਭਾਈ ਸੈਟਿਸਫਾਈ ਕੀਤਾ ਜਾਵੇ। ਨਹੀਂ ਰਾਤ ਨੂੰ ਕੋਈ ਗਸ਼ਤ ਨਹੀਂ ਕਰਦੇ। ਬਹੁਤ ਬੁਰਾ ਹਾਲ ਹੋਇਆ ਪਿਆ ਜੀ ਪਿੰਡ 'ਚ। ਮੰਨ ਲਓ ਅੱਗੇ ਲੋਕ ਪਾਣੀ ਲਾਉਣ ਜਾਂਦੇ, ਇਕੱਲਾ ਕੋਈ ਜਾਂਦਾ ਨਹੀਂ, ਹਰੇਕ ਬੰਦਾ ਡਰਦਾ ਮੰਨ ਲਓ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਵਾਲਾ ਕੰਮ। ਨਸ਼ੇ ਵਾਲੇ ਮੰਨ ਲਓ ਅਸੀਂ ਪਤਾ ਕਿਹੜੇ ਵੇਲੇ ਕਿਸੇ ਨੂੰ ਮੰਨ ਲਾ ਵੇਲੇ ਕੋਲੇ ਟੱਕਰ ਜਾਏ, ਨਹੀਂ ਤਾਂ ਮਾਰ ਵੀ ਦੇਣੀ। ਜਿਹੜੇ ਸਾਡੇ ਪਿੰਡ ਚੋਰੀ ਹੋਈ ਆ, ਰਾਤ ਨੂੰ ਜੇ ਉੱਠੇ ਨਹੀਂ ਉਹ, ਜੇ ਉੱਠ ਕੱਢਦੇ ਨਹੀਂ ਤਾਂ ਉਹਨਾਂ ਕੋਲ ਅਸਲਾ ਹੋਵੇ। 3 ਘਰਾਂ 'ਚ ਚੋਰੀ ਕਰਕੇ ਗਿਆ, ਜਮ੍ਹਾਂ ਸਰੇਆਮ ਕਰਕੇ ਗਿਆ ਜੀ। ਐਂ ਮੰਨ ਲਓ ਸਾਰਾ ਫਰੋਲ ਫਰਾਲ ਕੇ ਚੰਗੀ ਤਰ੍ਹਾਂ ਜੀ, ਕੋਈ ਹੱਲ ਨਹੀਂ। ਅੱਜ ਤਾਂ ਅਸੀਂ ਇਨਸਾਫ ਮੰਗ ਕਰਦੇ ਹਾਂ ਵੀ ਭਾਈ ਆ ਚੋਰ ਫੜੇ ਜਾਣ, ਪਿੰਡ ਨੂੰ ਤਸੱਲੀ ਦਵਾਈ ਜਾਵੇ ਕਿ ਪਿੰਡ 'ਚੋਂ ਜਿਹੜਾ ਸਹਿਮ ਦਾ ਘਰ ਮੰਨ ਲਓ ਵੀ ਡਰ ਆ ਲੋਕਾਂ ਦਾ, ਉਹ ਦੂਰ ਹੋਵੇ। ਜਿਹਨਾਂ 'ਤੇ ਕਾਰਵਾਈ ਹੋਊਗੀ ਤਾਂ ਹੀ ਹੋਊਗੀ। ਜਗਜੀਤ ਸਿੰਘ ਜੀ, ਧਰਨਾ ਤਾਂ ਸਰ ਕੋਲ ਚੋਰੀ ਹੋਈ ਜੀ, ਕਬਲਵਿੰਦਰ ਸਿੰਘ ਦੀ ਸਾਡੇ ਇਕੱਠੀ ਚੋਰੀ ਹੋਈ ਜੀ, ਇੱਕ ਰਾਤ ਨੂੰ 15-18 ਲੱਖ ਦੀ ਚੋਰੀ ਹੋਈ ਜੀ। ਉਸ ਤੋਂ ਬਾਅਦ ਕੱਲ੍ਹ ਹੀ ਮੇਰੀ ਗੁੱਡੀਆਂ ਦਾ ਮੋਬਾਈਲ ਚੋਰੀ ਕਰ ਲਏ, ਮਤਲਬ ਪਰਸ ਖੋਹਦੇ ਸੀ 3 ਬੰਦੇ, ਭੱਜ ਕੇ ਜ਼ਿਮੀਂਦਾਰਾਂ ਦੇ ਘਰੇ ਵੜ ਗਏ ਜੀ। ਮਤਲਬ ਜਦੋਂ ਮੋਬਾਈਲ ਫੁੱਟ ਗਿਆ ਜੀ, ਪਰਸ ਵੱਜ ਗਏ, ਮਾਹੌਲ ਬਹੁਤ ਖਰਾਬ ਆ ਜੀ। ਕਾਰਨ ਕੀ ਹੈ? ਕਾਰਨ ਬਸ ਨਸ਼ੇ ਦਾ ਕਰਕੇ ਕਰਨੀ, ਨਸ਼ਾ ਬੰਦ ਕਰਤਾ, ਕਾਰਵਾਈ ਕਰ ਰਹੇ ਆ ਜਾਂ ਸਖਤ ਕਾਰਵਾਈ ਕੋਈ ਹੈਗਾ ਨਹੀਂ? ਕਾਰਵਾਈ ਨਹੀਂ ਕਰ ਰਹੇ, ਬਹੁਤ ਮਾਹੌਲ ਖਰਾਬ ਹੈ ਜੀ। ਬੱਚੇ ਬਹੁਤ ਡਰਦੇ ਜੀ, ਮਤਲਬ ਰਾਤ ਨੂੰ ਲੁੱਟਾਂ ਖੋਹਾਂ ਬਹੁਤ ਹੁੰਦੀ ਜੀ। ਕੋਈ ਬੰਦਾ ਰਾਤ ਨੂੰ ਬਾਹਰ ਨਿਕਲਦਾ ਨਹੀਂ, ਡਰਦੇ ਉਹਨਾਂ ਤੋਂ ਲੁਟੇਰੇ ਤੋਂ। ਮੰਗ ਤਾਂ ਹੈ ਜੀ, ਮੰਨ ਕੇ ਜਿਵੇਂ ਸੁਧਾਰ ਹੋ ਜੇ, ਬਾਕੀ ਸਾਡੀ ਚੋਰੀ ਨਿਕਲੇ ਜੀ ਅੱਗੇ ਵਾਸਤੇ। ਸਰ ਪਿੰਡ ਜੀਵਨ ਸਿੰਘ ਨੇ ਅੱਜ ਧਰਨਾ ਦਿੱਤਾ ਸੀ, ਉਹਨਾਂ ਨੇ ਕਹਿਣਾ ਕਿ ਲਗਾਤਾਰ ਪਿੰਡ ਚੋਰੀਆਂ ਹੋ ਰਹੀਆਂ ਨੇ, ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਪੁਲਿਸ ਕਾਰਵਾਈ ਨਹੀਂ ਕਰ ਰਹੀ। ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ 3 ਲੜਕਿਆਂ ਨੇ ਜਿਹੜਾ ਹੈਗਾ, ਇੱਕ ਤੁਰੀ ਜਾਂਦੀ ਲੜਕੀ ਤੋਂ ਜਿਹੜਾ ਹੈਗਾ ਮੋਬਾਈਲ ਫੋਨ ਅਤੇ ਉਹਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਜਿਹਨੂੰ ਜਿਹੜਾ ਹੈਗਾ ਉੱਥੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਇਹਨਾਂ 'ਚੋਂ 2 ਬੰਦੇ ਫੜ ਲਏ ਅਤੇ ਇੱਕ ਜਿਹੜਾ ਹੈਗਾ ਭੱਜ ਗਿਆ। ਅਤੇ ਉਹਦੇ 'ਤੇ ਅਸੀਂ ਹੁਣ FIR ਜਿਹੜੀ ਹੈਗੀ ਹੈ ਇਹਨਾਂ 3 ਬੰਦਿਆਂ ਦੇ ਖਿਲਾਫ FIR ਲੌਂਚ ਕੀਤੀ ਹੈ, ਇਹਦੇ 'ਚੋਂ 2 ਬੰਦੇ ਅਰੈਸਟਡ ਹੈ ਅਤੇ ਇੱਕ ਜਿਹੜਾ ਹੈਗਾ ਉਹ ਦੀਪਾ ਨਾਂ ਦਾ ਬੰਦਾ, ਉਹ ਫੜਨ ਦਾ ਬਾਕੀ ਹੈ। ਪਰ ਕਹਿੰਦੇ ਪਹਿਲਾਂ ਵੀ ਚੋਰੀਆਂ ਹੋਈਆਂ 3, ਉਹਦੇ ਵੀ ਇਹ ਦੋਸ਼ੀ ਹੈ ਜਿਹੜੇ ਫੜੇ ਨਹੀਂ ਗਏ। ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ, ਚੋਰਾਂ ਵੱਲੋਂ ਲਗਾਤਾਰ ਨਸ਼ੇੜੀਆਂ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਇਹਦੇ ਵਿੱਚ ਜਿਹੜਾ ਹੈਗਾ ਇੱਕ ਚੋਰੀ ਇਹਨਾਂ ਦੀ ਜਿਹੜੀ ਹੈਗੀ ਹੈ ਪਿੰਡ ਦੇ ਵਿੱਚ ਹੋਈ ਸੀਗੀ, ਉਹਦੇ ਰਿਗਾਰਡਿੰਗ ਜਿਹੜਾ ਹੈਗਾ ਅਸੀਂ ਟੈਕਨੀਕਲ ਸੈੱਲ ਦੀ ਜਿਹੜੀ ਮਦਦ ਲੈ ਕੇ ਅਤੇ ਹੋਰ ਜਿਹੜੀ ਹੈਗੀ ਹੈ ਗੁਪਤ ਸੂਚਨਾ ਦੇ ਆਧਾਰ 'ਤੇ ਜਿਹੜਾ ਹੈਗਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹੈ, ਅਤੇ ਉਹ ਛੇਤੀ ਸਾਡੇ ਜਿਹੜਾ ਹੈਗਾ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਦੋਸ਼ੀਆਂ ਨੂੰ ਜੇਲ੍ਹ ਦੇ ਪਿੱਛੇ ਭੇਜਾਂਗੇ।